ਗਰਮੀ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਆ, ਅਤੇ ਉਹਨਾਂ ਪ੍ਰੋਬਲਮਸ ਦਾ ਇੱਕ ਬਹੁਤ ਹੀ ਵਧੀਆ ਸੋਲੂਸ਼ਨ ਮੈਂ ਦੇਖਿਆ ਇੱਥੇ ਆ ਕੇ। BP ਨੂੰ ਬੈਲੈਂਸ ਕਰਤਾ। ਅੱਛਾ ਜੀ, ਇਹਦੇ ਹੇਠਾਂ ਲੰਮੇ ਬਹਿ ਕੇ। ਜੀ ਜੀ, ਠੀਕ ਆ। BP ਆਈ ਆ, ਬੈਲੈਂਸ ਹੋ ਜਾਂਦਾ। ਉਹ ਕਈ ਵਾਰੀ ਆਪਾਂ ਬਿਨਾਂ ਪੁੱਛੇ ਕਿਸੇ ਕੋਲ ਖਾ ਲੈਂਦੇ ਹਾਂ, ਵੈਦ ਦੀ ਸਲਾਹ ਤੋਂ ਬਿਨਾਂ ਹੀ, ਉਹ ਥੋੜ੍ਹੀਆਂ ਖਤਰਨਾਕ ਹੁੰਦੀਆਂ ਬੋਡੀ ਲਈ। ਇਹਦਾ ਕੋਈ ਨੁਕਸਾਨ ਨਹੀਂ ਹੈਗਾ, ਇਹ ਤ੍ਰੈ ਦੋਸ਼ ਨਾਸ਼ਕ ਹੈ। ਸ਼ਮਸ਼ਾਨ ਘਾਟਾ 'ਚ ਹੁੰਦਾ ਆ। ਜੀ ਜੀ ਜੀ, ਮੰਦਰਾਂ 'ਚ ਹੁੰਦਾ। ਜੀ ਜੀ, ਅਤੇ ਘਰ 'ਚ ਮਾੜਾ ਆ, ਪਤਾ ਨਹੀਂ ਕਿਉਂ ਵਹਿਮ ਪਾਏ। ਇੱਕ ਤਾਂ ਜੀ ਇਹ ਮਨ ਨੂੰ ਸ਼ਾਂਤ ਕਰਦਾ। ਅੱਛਾ ਜੀ। ਦੂਜਾ ਇਮਿਊਨਿਟੀ ਵੀ ਦਿੰਦਾ। ਠੀਕ ਆ ਜੀ। ਪੇਟ ਦੀ ਜਲਣ ਆ ਉਹ ਹਟਦੀ ਆ। ਅੱਛਾ ਜੀ। ਸਿਰ ਤੁਰਦਾ, ਸਿਰ ਤੂੰ ਜਲਣ ਆ, ਲੋ ਲੱਗ ਗਈ ਆ। ਹਾਂਜੀ। ਅੱਛਾ, ਤੋੜ ਕੇ ਦਿਖਾਇਓ ਇੱਕ। ਆਹ ਦੇਖੋ, ਮੈਂ ਸਾਰੇ ਦਰਸ਼ਕਾਂ ਨੂੰ ਦਿਖਾਉਣਾ ਵੀ ਹਾਂ ਕਿ ਵੀ ਇਹ ਕਿੱਦਾਂ ਦਾ ਹੁੰਦਾ ਅੰਦਰੋਂ। ਜਾਜਾ ਵਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਊਸ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਅਤੇ ਅੱਜ ਮੈਂ ਆਇਆ ਹਾਂ ਗੁਣਕਾਰੀ ਬੂਟਿਆਂ ਦਾ ਗਿਆਨ ਰੱਖਣ ਵਾਲੇ ਜਹੂਰੇ ਵਾਲੇ ਬਾਬਾ ਜੀ ਕੋਲ। ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਬਾਬਾ ਜੀ, ਕੀ ਹਾਲ ਜੀ ਤੁਹਾਡੇ? ਬਹੁਤ ਹੀ ਕਿਰਪਾ ਜੀ, ਬਹੁਤ ਕਿਰਪਾ ਤੁਹਾਡੀ। ਚਲੋ ਜੀ, ਤੁਹਾਡੀ ਕਿਰਪਾ। ਸਿਹਤਾਂ ਕਿੱਦਾਂ ਜੀ ਤੁਹਾਡੀਆਂ? ਐਨ ਕਿਰਪਾ ਹੈ ਜੀ। ਚਲੋ ਜੀ, ਬਹੁਤ ਵਧੀਆ। ਅੱਜ ਇੱਕ ਬਹੁਤ ਹੀ ਇੱਕ ਸਪੈਸ਼ਲ ਚੀਜ਼ ਤੁਹਾਨੂੰ ਦਿਖਾਉਣ ਲਈ ਆਇਆ ਮੈਂ, ਕਿਉਂਕਿ ਗਰਮੀਆਂ ਦਾ ਸੀਜ਼ਨ ਚਾਲੂ ਹੋ ਚੁੱਕਿਆ, ਅਤੇ ਗਰਮੀਆਂ ਦੇ ਸੀਜ਼ਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮਸ ਆ ਜਾਂਦੀਆਂ, ਜਿੱਦਾਂ ਕਿ ਕਿਸੇ ਨੂੰ ਲੂ ਲੱਗ ਜਾਂਦੀ ਆ, ਜਾਂ ਪੇਟ 'ਚ ਪ੍ਰੋਬਲਮਸ ਆ ਜਾਂਦੀਆਂ ਆ, ਅਤੇ ਹੋਰ ਵੀ ਮਤਲਬ ਗਰਮੀ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਆ, ਅਤੇ ਉਹਨਾਂ ਪ੍ਰੋਬਲਮਸ ਦਾ ਇੱਕ ਬਹੁਤ ਹੀ ਵਧੀਆ ਸੋਲੂਸ਼ਨ ਮੈਂ ਦੇਖਿਆ ਇੱਥੇ ਆ ਕੇ ਬਾਬਾ ਜੀ ਕੋਲ। ਜੋ ਪਿੱਛੇ ਮੈਂ ਗੱਲ ਵੀ ਕਰਦਾ ਹੁੰਦਾ ਸੀ ਬਾਬਾ ਜੀ ਨਾਲ, ਅਤੇ ਅੱਜ ਵੀ ਮੈਂ ਗੱਲ ਕਰ ਰਿਹਾ ਸੀ, ਅਤੇ ਇੱਕ ਅਜਿਹਾ ਗੁਣਕਾਰੀ ਪੌਦਾ ਹੈ ਜਿਸ ਦਾ ਕਿ ਫਲ ਇਸ ਮੌਸਮ ਦੇ ਵਿੱਚ ਵਰਦਾਨ ਹੁੰਦਾ ਹੈ। ਇਹ ਕਿਹੜਾ ਫਲ ਆ? ਅਤੇ ਜਿੱਦਾਂ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਹੁਣੇ ਦੱਸ ਰਿਹਾ ਸੀਗਾ ਕਿ ਬਹੁਤ ਹੀ ਗੁਣਕਾਰੀ ਫਲ ਆ ਜਿਹੜਾ ਇਹ ਫਲ ਇਸ ਮੌਸਮ 'ਚ, ਖਾਸ ਕਰਕੇ ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਆ। ਬਿਲਕੁਲ ਸਹੀ ਹੈ ਜੀ, ਮਈ ਦਾ ਮਹੀਨਾ ਸ਼ੁਰੂ ਹੋ ਗਿਆ ਜੀ। ਤੁਸੀਂ ਇਹਦੇ ਪਹਿਲਾਂ ਗੁਣ ਦੱਸੋ ਮੋਟੇ ਮੋਟੇ, ਜਿਹੜੇ ਕਿ ਲੋਕਾਂ ਨੂੰ ਪਤਾ ਜ਼ਰੂਰ ਲੱਗਣੇ ਚਾਹੀਦੇ ਆ। ਪਹਿਲਾਂ ਇਹ ਕਹਿੰਦਾ ਜੀ, ਹਾਂਜੀ, ਇਹਦਾ ਜਿਹੜਾ ਨਾਂ ਆ ਇਕੱਲਾ ਬਿੱਲ ਆ। ਅੱਛਾ ਜੀ। ਕਈ ਕਹਿੰਦੇ ਆ ਭਾਈ ਬਿੱਲ ਪੱਤਰ ਦਾ ਬੂਟਾ ਦੇ ਜੀ, ਉਹ ਪੱਤਿਆਂ ਨੂੰ ਬਿੱਲ ਪੱਤਰ ਕਹਿੰਦੇ ਆ। ਹਾਂਜੀ, ਬਿੱਲ ਦੇ ਪੱਤੇ। ਜੀ ਜੀ ਜੀ, ਬਿਲਕੁਲ। ਉਹ ਤੁਸੀਂ ਕਿਸੇ ਨੂੰ ਵੀ ਕਹਿ ਲਓ, ਹਾਂਜੀ, ਰੁੱਖ ਨੂੰ ਬਿੱਲ ਨਹੀਂ ਕਹਿਣਗੇ, ਬਿੱਲ ਪੱਤਰ। ਬਿੱਲ ਪੱਤਰ, ਹਾਂਜੀ, ਇਹ ਗੱਲ ਸਹੀ ਆ। ਅਤੇ ਚਲੋ, ਬਾਬਾ ਜੀ ਨੇ ਜਿੱਦਾਂ ਨਾਮ ਵੀ ਤੁਹਾਨੂੰ ਗੱਲਾਂ ਬਾਤਾਂ 'ਚ ਹੁਣ ਦੱਸ ਹੀ ਦਿੱਤਾ, ਇਹ ਹੈ ਜੀ ਬਿੱਲ ਦਾ ਪੌਦਾ, ਬਿੱਲ ਦਾ ਦਰਖਤ, ਰੁੱਖ, ਰੁੱਖ, ਹਾਂਜੀ, ਬਿੱਲ ਦਾ ਰੁੱਖ। ਦੇਖੋ ਕਾਫੀ ਵੱਡਾ ਹੋਇਆ ਆ, ਆਹ ਦੇਖੋ। ਅਤੇ ਬਾਬਾ ਜੀ ਹੁਣ ਤੁਸੀਂ ਦੱਸੋ ਵੀ ਜਿੱਦਾਂ ਇਹਦੇ ਕੀ ਗੁਣ ਆ, ਇਹ ਗਰਮੀਆਂ ਦੇ ਵਿੱਚ ਕਿਉਂ ਮਤਲਬ ਜ਼ਿਆਦਾ ਖਾਧਾ ਜਾਣਾ ਚਾਹੀਦਾ ਹੈ? ਪਹਿਲੀ ਤਾਂ ਗੱਲ ਇਹ ਆ ਜੀ, ਹਾਂਜੀ, ਮੈਂ ਕੁਦਰਤ ਦਾ ਹੀ ਸਿਧਾਂਤ ਦੇਖਦਾ। ਹਾਂਜੀ, ਮੈਂ ਕੋਈ ਉੱਦਾਂ ਕੋਈ ਕੋਰਸ ਨਹੀਂ ਕੀਤੇ ਹੋਏ। ਹਾਂਜੀ ਹਾਂਜੀ, ਦੇਖਦਾ ਭਾਈ ਜਿਹੜੇ ਸੀਜ਼ਨ 'ਚ ਖਾਣ ਵਾਲੇ ਆ ਨਾ ਚਾਹੀਦੇ। ਹਾਂਜੀ ਹਾਂਜੀ ਹਾਂਜੀ, ਉਹ ਉਦੋਂ ਨੂੰ ਹੀ ਹੁੰਦੇ, ਉਦੋਂ ਨਹੀਂ ਹੁੰਦੇ ਆ। ਹਾਂ, ਸਹੀ ਕਿਹਾ। ਹਾਂਜੀ, ਗਰਮੀਆਂ 'ਚ ਹੁੰਦਾ ਆ। ਜੀ ਜੀ ਜੀ, ਗਰਮੀਆਂ 'ਚ ਇਹਦਾ ਸ਼ਰਬਤ ਆ, ਗੁਲਕਾਂਦ ਆ, ਮੁਰੱਬਾ ਆ। ਅੱਛਾ ਜੀ, ਹਾਂ, ਬਣਦੇ ਆ। ਜਿੱਦਾਂ ਤੁਸੀਂ ਆਹ ਮੈਨੂੰ ਦਿਖਾ ਰਹੇ ਆ, ਇਹ ਬਿੱਲ ਆ, ਠੀਕ ਆ ਜੀ, ਇਸ ਬਿੱਲ ਨੂੰ ਗਰਮੀਆਂ ਦੇ ਵਿੱਚ ਕਿੰਨੀ ਵਾਰੀ ਖਾਣਾ ਚਾਹੀਦਾ ਆ? ਇਹ ਛੋਟਾ ਜਿਹਾ, ਬਹੁਤ ਛੋਟਾ, ਤੁਸੀਂ ਦੇਖ ਸਕਦੇ ਜਿੱਦਾਂ ਮੇਰੇ ਹੱਥ ਵਿੱਚ ਆ। ਅਤੇ ਇਹਦੀ ਕੁਆਂਟਿਟੀ ਕਿੰਨੀ ਲੈਣੀ ਚਾਹੀਦੀ? ਕੁਆਂਟਿਟੀ ਗਲਾਸ ਇੱਕ ਬਣਾਉਣਾ ਆ। ਹਾਂਜੀ, ਵੱਡਾ ਬਿੱਲ ਆ ਉਹ ਤਾਂ ਦੋ ਬਣਾ ਲਓ ਚੱਕ। ਅੱਛਾ ਜੀ, ਇਹਦੇ ਛੋਟੇ ਦੇ ਦੋਵਾਂ ਨੂੰ ਪਾ ਲਓ। ਠੀਕ ਆ ਜੀ, ਠੀਕ ਆ। ਅਤੇ ਉਹਦੇ ਵਿੱਚ ਲੇਸਲਾ ਜਿਹਾ ਹੁੰਦਾ ਆ ਇਹ। ਅੱਛਾ, ਤੋੜ ਕੇ ਦਿਖਾਇਓ ਇੱਕ।
ਆਹ ਦੇਖੋ ਮੈਂ ਸਾਰੇ ਦਰਸ਼ਕਾਂ ਨੂੰ ਦਿਖਾਉਣਾ ਵੀ ਹਾਂ ਕਿ ਵੀ ਇਹ ਕਿੱਦਾਂ ਦਾ ਹੁੰਦਾ ਅੰਦਰੋਂ। ਸਖਤ ਬਹੁਤ ਹੈ ਜੀ। ਹਾਂਜੀ ਇਹ ਥੋੜ੍ਹਾ ਜਿੱਦਾਂ ਨੀਚੇ ਗਿਰਿਆ ਹੋਇਆ ਸੀਗਾ, ਇਹ ਨੀਚੇ ਗਿਰਿਆ ਹੋਇਆ ਚੱਕਿਆ ਸੀ। ਜਿੱਦਾਂ ਜ਼ਿਆਦਾਤਰ ਬਾਬਾ ਜੀ ਕਹਿੰਦੇ ਜਿਹੜੇ ਨੀਚੇ ਗਿਰਦੇ ਉਹੀ ਚੱਕਣੇ ਚਾਹੀਦੇ ਤੋੜਨੇ, ਕਿਉਂਕਿ ਪੱਕ ਜਾਂਦੇ ਨਾ ਵਧੀਆ। ਹਾਂਜੀ ਹਾਂਜੀ ਆਹ ਦੇਖੋ। ਹਾਂਜੀ 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 ਇਹੀ ਕਮਾਲ ਦੀ ਚੀਜ਼ ਆ ਜੀ, ਹੈ ਨਾ। ਜਿੱਦਾਂ ਗੂੰਦ ਕਤੀਰਾ ਨਹੀਂ ਹੁੰਦਾ ਜੀ, ਉਹਦੇ 'ਚ ਵੀ ਇੰਨੀ। ਹਾਂਜੀ 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 ਅਤੇ ਇਹ ਮਤਲਬ ਇਹਦੇ ਕੀ ਗੁਣ ਕੀ ਆ, ਜਿੱਦਾਂ ਮਤਲਬ ਸਿਹਤ ਪੱਖੀ ਇਹਨੂੰ ਕੀ ਬੈਨੀਫਿਟ ਆ ਜੀ ਇਹਦੇ, ਦੱਸੋ। ਇੱਕ ਤਾਂ ਜੀ ਇਹ ਮਨ ਨੂੰ ਸ਼ਾਂਤ ਕਰਦਾ। ਅੱਛਾ ਜੀ। ਦੂਜਾ ਇਮਿਊਨਿਟੀ ਵੀ ਦਿੰਦਾ। ਠੀਕ ਆ ਜੀ। ਪੇਟ ਦੀ ਜਲਣ ਆ ਉਹ ਹਟਦੀ ਆ। ਅੱਛਾ ਜੀ। ਸਿਰ ਤੋਂ ਸਿਰ ਤੋਂ ਜਲਣ ਆ ਲੋ ਲੱਗ ਗਈ ਆ। ਹਾਂਜੀ। ਸਾਰਿਆਂ ਨੂੰ ਇਹਦਾ ਸ਼ਰਬਤ ਗੁੱਦਾ ਕੱਢ ਲਓ। ਠੀਕ ਆ ਜੀ। ਮਸਲ ਲਓ। ਠੀਕ ਆ ਜੀ। ਹਾਂਜੀ। ਪੁਣ ਲਓ ਮੋਟੇ ਜਿਹੇ 'ਚ। ਠੀਕ ਆ ਜੀ। ਅਸੀਂ ਇੱਕ ਦਿਨ ਦੋਨਾਂ ਨੇ ਪੀਤਾ ਸੀ ਜੀ 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 ਬਿਲਕੁਲ ਹੀ ਬੜਾ ਮੋਟਾ ਸੀ। ਹਾਂਜੀ 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 ਉਹ ਜਿਹੜਾ ਪਲਕ ਸੀਗਾ ਹਾਂਜੀ ਉਹ ਰਹਿ ਗਿਆ ਸੀ। ਨਹੀਂ ਮੈਂ ਤੁਹਾਨੂੰ ਦੱਸਾਂ ਇੱਕ ਹੋਰ ਤਰੀਕਾ, ਮੈਂ ਘਰ ਜਾ ਕੇ ਨਾ ਤੁਸੀਂ ਮੈਨੂੰ ਜਿੱਦਾਂ ਬਾਬਾ ਜੀ ਨੇ ਮੈਨੂੰ ਇੱਥੋਂ ਬਿੱਲ ਦਿੱਤੇ ਸੀ ਇੱਕ ਦੋ, ਅਤੇ ਉਹ ਬਿੱਲ ਮੈਂ ਕੀ ਕੀਤਾ ਜਾ ਕੇ ਉਹਨਾਂ ਨੂੰ ਪਾਣੀ ਵਿੱਚ ਭੇਂ ਕੇ ਰੱਖਿਆ ਜੀ 10 ਮਿੰਟ ਪਾਣੀ ਵਿੱਚ ਭੇਂ ਕੇ, ਇੱਦਾਂ ਇਹਦਾ ਗੁੱਦਾ ਕੱਢ ਕੇ ਸਾਰਾ, ਅਤੇ ਉਹਨੂੰ ਫਿਰ ਪਾਣੀ 'ਚ ਭੇਂ ਕੇ ਨਾ ਉਹ ਤੋਂ ਬਾਅਦ ਜਿਹੜੀ ਚਾਹ ਲਈ ਆਪਾਂ ਪੂਣੀ ਵਰਤੀ ਦੀ ਆ ਉਹਦੇ ਵਿੱਚ ਪਾ ਕੇ ਥੋੜ੍ਹੀ ਥੋੜ੍ਹੀ ਹਲਾਉਂਦਾ ਰਿਹਾ, ਉਹਦੇ ਵਿੱਚੋਂ 2-3 ਵਾਰੀ ਪਾਣੀ ਪਾਇਆ ਅਤੇ ਸਾਰਾ ਕੁਛ ਹਾਂਜੀ ਮਲੀ ਜਾਂਦਾ ਸੀ ਅਤੇ ਉਹ ਨਿਕਲ ਗਿਆ। ਫਿਰ ਉਸ ਤੋਂ ਬਾਅਦ ਮੈਂ ਵਿੱਚ ਪਾਈ ਜੀ ਸ਼ੱਕਰ ਥੋੜ੍ਹੀ ਜਿਹੀ, ਤੁਸੀਂ ਕੁਝ ਮਿਸ਼ਰੀ ਪਾ ਲਓ ਮੇਰੇ ਹਿਸਾਬ ਨਾਲ। ਹਾਂਜੀ ਜਾਂ ਗੁੜ ਹੋਵੇ ਜਾਂ ਗੁੜ ਸ਼ੱਕਰ। ਹਾਂਜੀ ਮਤਲਬ ਖੰਡ ਤੋਂ ਪਰਹੇਜ਼ ਕਰੋ ਜਿਹੜੀ ਖਾਂ ਖੰਡ ਆਉਂਦੀ ਆ। ਅੱਛਾ ਜੀ। ਅਤੇ ਇੱਕ ਇਹਦੇ ਵਿੱਚ ਜੀ ਮੋਟਾ ਹੁੰਦਾ ਆ, ਉਹ ਬਾਜ਼ਾਰਾਂ 'ਚ ਮੋਟਾ ਜਿਹਾ ਵਿਕਦਾ, ਐਡਾ ਮੋਟਾ ਜਿਹਾ ਹੁੰਦਾ, ਇਹ ਤੋਂ ਵੀ ਡਬਲ ਸਾਈਜ਼ ਹੁੰਦਾ ਟ੍ਰਿਪਲ। ਉਹ ਵੀ ਮੈਂ ਇਹਨਾਂ ਦੇ ਮਾਰਾ ਨੂੰ ਪੁੱਛਿਆ ਜੀ। ਹਾਂਜੀ। ਉਹ ਕਹਿੰਦੇ ਆ ਵੀ ਇੱਕ ਮੇਲ ਹੁੰਦਾ ਆ। ਹਾਂਜੀ। ਇੱਕ ਫੀਮੇਲ ਆ। ਅੱਛਾ ਜੀ। ਇਹ ਜਿਹੜੇ ਛੋਟਾ ਫਲ ਆ ਅੱਛਾ ਜੀ ਮੇਲ ਆ ਬੂਟਾ, ਜਿਹੜੇ ਵੱਡੇ ਵਾਲੇ ਆ ਉਹ ਫੀਮੇਲ ਆ। ਅੱਛਾ ਜੀ ਠੀਕ ਆ। ਪਰ ਜੇ ਮੇਲ ਫੀਮੇਲ ਦੀ ਵੀ ਗੱਲ ਕਰੀਏ ਹਾਂਜੀ ਉਹਦੇ ਫਲ ਵੀ ਉੱਥੇ ਹੀ ਲੱਗੀ ਜਾਂਦੇ। ਹਾਂਜੀ। ਇਹਦੇ ਵੀ ਇੱਥੋਂ ਹੀ ਲੱਗੀ ਜਾਂਦੇ। ਅੱਛਾ ਜੀ। ਇਹਦਾ ਮਤਲਬ ਦੋਨਾਂ 'ਚ ਮੇਲ ਫੀਮੇਲ ਤੱਤ ਆਪੇ ਹੀ ਹੈਗੇ ਆ, ਸਾਈਜ਼ ਇਹਦਾ ਛੋਟਾ ਆ। ਠੀਕ ਆ ਠੀਕ ਆ ਠੀਕ ਆ। ਤੱਤ ਹੈਗੇ ਆ ਦੋਨਾਂ 'ਚ ਬਰਾਬਰ ਬਰਾਬਰ। ਠੀਕ ਆ। ਮੈਂ ਕਿਤੋਂ ਸੁਣਿਆ ਸੀ ਜੀ ਜਿੱਦਾਂ ਛੋਟੇ 'ਚ ਜ਼ਿਆਦਾ ਮਤਲਬ ਗੁਣ ਹੁੰਦੇ ਆ ਵੱਡੇ ਨਾਲ। ਕਹਿੰਦੇ ਆ ਜੀ ਹੁਣ ਕਹਿੰਦੇ ਆ। ਅੱਛਾ ਕਹਿੰਦੇ ਆ। ਠੀਕ ਆ ਠੀਕ ਆ। ਅਤੇ ਕਈ ਤਾਂ ਜੀ ਇਹਦੇ ਵਿੱਚ ਦੁੱਧ ਮਿਲਾ ਕੇ ਪੀਂਦੇ ਆ। ਦੁੱਧ ਵੀ ਬਹੁਤ ਸੋਹਣਾ ਜੀ, ਇਹਦੇ ਬੀ ਕੱਢ ਦਿਓ। ਹਾਂਜੀ ਹਾਂਜੀ ਹਾਂਜੀ। ਪਲਪ ਲੈ ਲਓ। ਹਾਂਜੀ ਹਾਂਜੀ। ਬਾਕੀ ਦੁੱਧ ਪਾ ਲਓ। ਅੱਛਾ ਅੱਛਾ। ਅੱਛਾ ਦੁੱਧ ਵੀ ਇੱਦਾਂ ਆ ਜੇ ਤਾਂ ਸ਼ਾਂਤੀ ਰਹਿਣਾ। ਹਾਂਜੀ। ਅਤੇ ਫਿਰ ਉਹਨੂੰ ਠੰਡੇ 'ਚ ਮਲ ਲਓ ਪਾ ਲਓ। ਅੱਛਾ ਜੀ। ਅਤੇ ਜੇ ਤੁਹਾਨੂੰ ਮਤਲਬ ਬਾਇਕੁਰਾ ਜੁੱਸਾ ਆ। ਠੀਕ ਆ ਜੀ। ਉਹਨੂੰ ਗਰਮ ਕਰ ਲਓ ਦੁੱਧ। ਓਕੇ 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 ਠੀਕ ਆ। ਅਤੇ ਇਹ ਵੀ ਬਾਬਾ ਜੀ ਤ੍ਰੈ ਦੋਸ਼ ਨਾਸ਼ਕ ਚਾਹੁੰਦਾ ਹੈ। ਬਿਲਕੁਲ ਬਿਲਕੁਲ। ਤ੍ਰੈ ਦੋਸ਼ ਨਾਸ਼ਕ ਮੈਂ ਕਿਉਂ ਪੁੱਛਿਆ ਬਾਬਾ ਜੀ ਨੂੰ, ਕਿਉਂਕਿ ਤ੍ਰੈ ਦੋਸ਼ ਨਾਸ਼ਕ ਕੋਈ ਵੀ ਲੈ ਸਕਦਾ ਆ ਜੇ ਜੋ ਤਿੰਨਾਂ ਦੋਸ਼ ਜੋ ਬੋਡੀ ਦੇ ਵਿੱਚ ਹੁੰਦੇ ਆ ਵਾਤ ਪਿੱਤ ਕਫ ਉਹਨਾਂ ਨੂੰ ਬੈਲੈਂਸ ਰੱਖਦਾ ਆ। ਅਤੇ ਕੁਝ ਕੁ ਜੜੀ ਬੂਟੀਆਂ ਹੁੰਦੀਆਂ ਜਿਹੜੀਆਂ ਕਿਸੇ ਕਿਸੇ ਦੋਸ਼ 'ਤੇ ਕੰਮ ਕਰਦੀਆਂ, ਉਹ ਕਈ ਵਾਰੀ ਆਪਾਂ ਬਿਨਾਂ ਪੁੱਛੇ ਕਿਸੇ ਕੋਲ ਖਾ ਲੈਂਦੇ ਹਾਂ ਵੈਦ ਦੀ ਸਲਾਹ ਤੋਂ ਬਿਨਾਂ ਹੀ, ਉਹ ਥੋੜ੍ਹੀਆਂ ਖਤਰਨਾਕ ਹੁੰਦੀਆਂ ਬੋਡੀ ਲਈ। ਇਹਦਾ ਕੋਈ ਨੁਕਸਾਨ ਨਹੀਂ ਹੈਗਾ, ਇਹ ਤ੍ਰੈ ਦੋਸ਼ ਨਾਸ਼ਕ ਆ। ਬਸ ਇਹ ਕਲੈਰੀਫਾਈ ਕਰਨਾ ਸੀ ਮੈਂ ਤੁਹਾਨੂੰ ਸਾਰਿਆਂ ਨੂੰ। ਕਿਸੇ ਚੀਜ਼ ਦੀ ਹੱਥ ਨਾ ਕਰੋ। ਜੀ ਜੀ ਉਹ ਤਾਂ ਹੱਥ ਦੀ ਗੱਲ ਤਾਂ ਹੈਗੀ ਆ। ਦੂਜਾ ਇਹ ਆ ਜੀ। ਹਾਂਜੀ ਹਾਂਜੀ। ਬੀਪੀ ਨੂੰ ਬੈਲੈਂਸ ਕਰਦਾ। ਅੱਛਾ ਜੀ। ਇਹਦੇ ਹੇਠਾਂ ਲੰਮੇ ਬਹਿ ਕੇ। ਜੀ ਜੀ ਠੀਕ ਆ। ਬੀਪੀ ਆਈ ਆ ਬੈਲੈਂਸ ਹੋ ਜਾਂਦਾ। ਜੀ ਜੀ ਤੁਸੀਂ ਇੱਕ ਹਾਂਜੀ ਲੋ ਆ ਤਾਂ ਉਹ ਵੀ ਬੈਲੈਂਸ। ਹਾਂਜੀ ਬੀਪੀ ਚਾਹੇ ਹਾਈ ਆ ਚਾਹੇ ਲੋ ਆ ਦੋਨੋਂ ਬੈਲੈਂਸ ਕਰ।
ਤੇ ਇੱਦਾਂ ਕਰਦੇ ਆਪਾਂ ਵੀ ਥੱਲੇ ਜਾਂਦੇ ਹਾਂ ਇਹਦੇ, ਸਾਡਾ ਕੁਛ ਤਾਂ ਸੈੱਟ ਕਰੂਗਾ ਅੰਦਰੋਂ ਜਿੰਨਾ ਮਰਜ਼ੀ। ਵੈਸੇ ਮੈਂ ਆਪਣੇ ਸਾਰੇ ਵਿਊਸ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ, ਮੈਂ ਇੱਕ ਵੀਡੀਓ ਪਾਈ ਸੀ ਪਰਟੀਕੁਲਰਲੀ ਇੱਕ ਸਾਧੂ ਬਾਰੇ, ਇਸੇ ਰੁੱਖ ਦੇ ਨੀਚੇ ਖੜ੍ਹੇ ਹੋ ਕੇ ਆਪਾਂ ਇੱਕ ਵੀਡੀਓ ਬਣਾਈ ਸੀ। ਇੱਥੇ ਇੱਕ ਬਾਬਾ ਜੀ ਕੋਲ ਇੱਕ ਸਾਧੂ ਰੁਕਿਆ ਸੀ ਕੁਝ ਦਿਨ, 15 ਦਿਨ ਮਹੀਨਾ, ਉਹ ਇਸ ਰੁੱਖ ਦੇ ਹੇਠਾਂ ਹੀ ਸੌਂਦਾ ਹੁੰਦਾ ਸੀ। ਉਹਨੇ ਇੱਥੇ ਆਪਣਾ ਇੱਕ ਜਿੱਦਾਂ ਝੂਲਾ ਬਣਾਇਆ ਹੁੰਦਾ ਸੀ, ਸੌਂਦਾ ਨਹੀਂ, ਉੱਥੇ ਕਰਦਾ ਸੀ ਤਪੱਸਿਆ, ਲੇਟਦਾ ਨਹੀਂ ਸੀ, ਲੇਟਦਾ ਨਹੀਂ ਸੀ। ਅੱਛਾ, ਤੇ ਉਹ ਸਾਰੀ ਰਾਤ ਵੀ ਇੱਥੇ ਰਹਿੰਦਾ ਸੀ ਉਹਦੇ ਝੂਲੇ? ਹਾਂ, ਤੇ ਉਹਨੂੰ ਉਸ ਸਾਧੂ ਨੂੰ ਜਿੱਦਾਂ ਗੁਣ ਪਤਾ ਸੀ ਮਤਲਬ ਕਿ ਬਿੱਲ ਦੇ, ਤੇ ਬਹੁਤ ਸੋਹਣਾ ਜੀ, ਇਹ ਤਾਂ ਬੜੀ ਵਧੀਆ ਤੁਸੀਂ ਗੱਲ ਦੱਸੀ। ਬਾਕੀ ਸ਼ੂਗਰ ਨੂੰ ਬਹੁਤ ਕੰਟਰੋਲ ਕਰਦਾ। ਹਾਂਜੀ, ਇਹ ਹੈ ਨਾ, ਦੇਖ ਲਓ। ਤੇ ਜਿਹਨਾਂ ਨੂੰ ਸ਼ੂਗਰ ਆ ਬਾਬਾ ਜੀ, ਉਹ ਜਿੱਦਾਂ ਇੱਦਾਂ ਸ਼ਰਬਤ ਪੀਣਾ ਚਾਹੁੰਦੇ ਆ, ਉਹ ਫਿਰ ਮਿੱਠੇ ਤੋਂ ਬਿਨਾਂ ਪੀਣ, ਹੈ ਨਾ, ਮਿੱਠੇ ਤੋਂ ਬਿਨਾਂ ਪੀਣ। ਹਾਂਜੀ, ਉਹਦੇ ਵਿੱਚ ਕਾਲੀ ਮਿਰਚ ਪਾ ਲੈਣ। ਅੱਛਾ ਜੀ, ਜੇ ਉਹਨਾਂ ਦਾ ਜੁੱਸਾ ਬਾਇਖੋਰ ਆਇਆ ਤਾਂ ਠੀਕ ਆ, ਠੀਕ ਠੀਕ ਆ, ਨਹੀਂ ਚਲੋ ਉਦਾਂ ਪੀ ਲੈਣ। ਨਹੀਂ, ਸਹੀ ਆ, ਸਹੀ ਆ। ਇਹ ਬਿੱਲ ਦਾ ਜਿਹੜਾ ਰੁੱਖ ਆ, ਇਹ ਜੇ ਕਿਸੇ ਨੇ ਲਾਉਣਾ ਆ ਤੇ ਇੱਕ ਮਤਲਬ ਕਿ ਵੀ ਇਹ ਕਿੰਨੇ ਚਿਰ ਵਿੱਚ ਹੋ ਜਾਂਦਾ ਆ, ਤੇ ਇਹਦਾ ਇਹਦਾ ਛੋਟਾ ਬੂਟਾ ਮਿਲ ਜਾਂਦਾ ਆ ਕਿ ਨਰਸਰੀਆਂ 'ਚ ਮਿਲ ਜਾਂਦਾ? ਮਿਲ ਜਾਂਦੇ ਆ। ਅੱਛਾ ਜੀ, ਤੇ ਇਹਦਾ ਜਿੱਦਾਂ ਹੁਣ ਕਿੰਨੇ ਚਿਰ ਦੇ ਵਿੱਚ ਇਹਨੂੰ ਫਲ ਲੱਗਣਾ ਸ਼ੁਰੂ ਹੋ ਜਾਂਦਾ? 1 ਸਾਲ ਲੱਗ ਜਾਂਦਾ। ਅੱਛਾ ਜੀ, ਤੇ ਜਿੱਦਾਂ ਰੁੱਖ ਹੈਗਾ ਆ ਬਿੱਲ ਦਾ, ਇਹ ਕਾਫੀ ਵੱਡਾ ਆ, ਉਦਾਂ ਮੈਂ ਬਹੁਤਾ ਵੱਡਾ ਵੀ ਨਹੀਂ ਕਹਿ ਸਕਦਾ, ਪਰ ਇਹ ਵੱਧ ਤੋਂ ਵੱਧ ਕਿੱਡਾ ਵੱਡਾ ਹੋ ਜਾਂਦਾ? ਇਹ ਤੋਂ ਵੱਡਾ ਦੁੱਗਣੇ ਵੱਡੇ ਵੀ ਦੇਖੇ ਹੁੰਦੇ ਆ, ਹੈ। ਅੱਛਾ ਜੀ, ਬਾਕੀ ਇੱਕ ਵਹਿਮ ਪਏ ਹੋਇਆ। ਹਾਂਜੀ, ਆਮ ਆ ਜੀ, ਇਹ ਬਿੱਲ ਦਾ ਰੁੱਖ ਜਿਹੜਾ ਇਹ ਸ਼ਮਸ਼ਾਨ ਘਾਟਾਂ 'ਚ ਹੁੰਦਾ ਆ ਜੀ ਜੀ, ਮੰਦਰਾਂ 'ਚ ਹੁੰਦਾ ਜੀ ਜੀ, ਘਰ 'ਚ ਮਾੜਾ ਆ, ਪਤਾ ਨਹੀਂ ਕਿਉਂ ਵਹਿਮ ਪਾਏ। ਆਹੋ, ਇਹ ਤਾਂ ਹੁਣ ਚਲੋ ਕਿਹਨੇ ਕਿਹਨੇ ਡਰ ਪਾ ਦਿੱਤਾ ਜਾਂ ਵਹਿਮ ਪਾ ਦਿੱਤਾ, ਹੈ ਨਾ, ਕਿ ਵੀ ਮੇਰੇ ਹਿਸਾਬ ਨਾਲ ਵਹਿਮ। ਅੱਛਾ ਜੀ, ਮੈਂ ਸਾਰੇ ਹੀ ਆਪਣੇ ਵਿਊਸ ਨੂੰ ਰਿਕੁਐਸਟ ਕਰਨਾ ਚਾਹੁੰਦਾ ਹਾਂ, ਜਿੱਥੇ ਵੀ ਤੁਹਾਨੂੰ ਬਿੱਲ ਦਾ ਸ਼ਰਬਤ ਮਿਲਦਾ, ਬਿੱਲ ਮਿਲਦਾ, ਉਹਨੂੰ ਜ਼ਰੂਰ ਯੂਜ਼ ਕਰੋ, ਗਰਮੀਆਂ 'ਚ ਡੇਲੀ ਯੂਜ਼ ਕਰੋ, ਤੁਹਾਡੀ ਬਿਲਕੁਲ ਸਿਹਤ ਵਧੀਆ ਰਹੇਗੀ, ਤੁਹਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਤੋਂ ਛੁਟਕਾਰਾ ਮਿਲੂਗਾ। ਹਾਂਜੀ ਬਾਬਾ, ਕਿਤੇ ਬਾਹਰ ਜਾਣਾ, ਹਾਂਜੀ, ਇਹਦਾ ਗਲਾਸ ਸ਼ਰਬਤ ਦਾ ਪੀ ਲਓ। ਹਾਂਜੀ, ਲੂਹ ਤੁਹਾਨੂੰ ਤੰਗ ਨਹੀਂ ਕਰੂਗੀ, ਲੂਹ ਤੰਗ ਨਹੀਂ ਕਰੂਗੀ। ਹਾਂਜੀ ਹਾਂਜੀ ਹਾਂਜੀ, ਬਹੁਤ ਇੱਕ ਵਧੀਆ ਬਾਬਾ ਜੀ, ਇਹ ਗਰਮੀਆਂ ਦੇ ਵਿੱਚ ਸਿਹਤਮੰਦ ਰਹਿਣ ਦਾ ਇੱਕ ਬਹੁਤ ਹੀ ਵਧੀਆ ਮਤਲਬ ਉਹਦੇ ਲਈ ਇੱਕ ਤਰੀਕਾ ਆ, ਫਲ ਆ ਇਹ, ਅਤੇ ਇਹਨੂੰ ਅਜਮਾਇਓ, ਇਹਨੂੰ ਵਰਤਿਓ, ਅਤੇ ਤੁਹਾਨੂੰ ਇਸ ਵਾਰੀ ਗਰਮੀਆਂ ਦੇ ਵਿੱਚ ਉੱਦਾਂ ਦੀਆਂ ਪ੍ਰੋਬਲਮਸ ਨਹੀਂ ਹੋਣਗੀਆਂ ਜਿਹੜੀਆਂ ਤੁਹਾਨੂੰ ਪਿਛਲੀਆਂ ਕਿਤੇ ਗਰਮੀਆਂ 'ਚ ਹੁੰਦੀਆਂ ਰਹੀਆਂ ਹੋਣਗੀਆਂ। ਠੀਕ ਆ ਬਾਬਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਗੁਣਕਾਰੀ ਜੋ ਰੁੱਖ ਬਾਰੇ ਤੁਸੀਂ ਦੱਸਿਆ, ਅਤੇ ਸਾਡੇ ਸਾਰੇ ਵਿਊਸ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਵੱਲੋਂ ਵੀ, ਕਿ ਬਹੁਤ ਹੀ ਇੱਕ ਵਧੀਆ ਇਨਫੋਰਮੇਟਿਵ ਵੇ ਤੁਹਾਨੂੰ ਤੁਸੀਂ ਗੱਲ ਦੱਸੀ ਆ। ਠੀਕ ਆ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਜੀ।